सूरा सो पहचानिए जो लरे दीन के हेत, पुरजा पुरजा कट मरे कबूना शाडे खेत। अठ पो दाओ दिन जदू साहिबे कमाल गुरु गोबिंद सिंह जी दा परिवार तो विछोड़ा हो चुका सी अते ओ चमगौर दी गड़ी विच पहुँच चुके सन। अज दी सवेर तुसी जो देख रहे हो उस स्थान है चमकौर दी गड़ी दे विच स्थित बाबा जीवन सिंह जी नाल संबंधित स्थान ते पुरातन खूह। तुसी गुरु ग्रंथ साहिब ते होर इतिहासक स्थानां दा दर्शन करो ते नाल नाल असीं इतिहास दी सांझ पांदे हाँ। चमकौर दी गड़ी दे संबंध विच अल्लाह यार योगी खां लिखता है, फिर बोले दशमेश चंडी लिशका के मैं सिंह समझांगा उसनू जो रन विच जाके, सवा लाख ना लड़ेगा कला हिक डा के, मैं पंथ जीवंदा रखना पुत भेट करा के। इस स्थान ते ही गुरु साहिब अते होर 43 सिख जो थके टुटे भुखे भाने सन पर उन्होंने हौसले बुलंद सन, ते उधर शाही फौजा 22 धार दे पहाड़ी राजियां दीयां फौजा ते वख वख जरनैलां दीयां फौजा लगभग 10 लख दे करीब सन जो इस चमकौर दी गड़ी विच पुज चुकियां सन। नाहर खान ते गैरत खान सरहंद दे दो जरनैलां ने दीवार दे उपरों सिर चुकन दी हिम्मत कीती ते गुरू साहिब दे तीरां नाल मारे गए। पोह दी काली बोली ठंडी हनेरी रात ते भिजे कपड़े ਅਤੇ ਗੜੀ ਦਾ ਕੱਚਾ ਫਰਸ਼ ਸਿੰਘ ਅਤੇ ਸਾਹਿਬਜ਼ਾਦੇ ਪੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਉਂਤ ਗੁੰਦੇ ਹਨ। ਜਦ ਥੱਕੇ ਹਾਰੇ ਸਿੰਘ ਸੌਂ ਜਾਂਦੇ ਹਨ ਤਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਹਿਲ ਕਦਮੀ ਕਰਦੇ ਕੱਚੀ ਕੜੀ ਦੀਆਂ ਦੀਵਾਰਾਂ ਨੂੰ ਬੜੇ ਨੀਝ ਨਾਲ ਦੇਖਦੇ ਹਨ ਅਤੇ ਸੋਚਦੇ ਹਨ ਕਿ ਇਸ ਥਾਂ 'ਤੇ ਅੱਜ ਉਹ ਕੁਝ ਹੋਣਾ ਹੈ ਜੋ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਣਾ ਹੈ। ਹੈ ਉਹ ਕੱਚੀ ਗੜੀ ਚਮਕੌਰ ਦੀ ਜਿਹਦੇ ਬਾਰੇ ਅੱਲਾ ਯਾਰ ਯੋਗੀ ਲਿਖਦਾ ਹੈ, ਕਦਮੋਂ ਸੇ ਟਹਿਲਤੇ ਥੇ ਪਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੇ, ਕਿਰਦਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਬ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਕਬ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ।
ਹੈ ਉਹ ਕੱਚੀ ਗੜੀ ਚਮਕੌਰ ਦੀ, ਜਿਹਦੇ ਬਾਰੇ ਅਲਾਈਆਰ ਯੋਗੀ ਲਿਖਦਾ ਹੈ, ਕਦਮੋਂ ਸੇ ਟਹਿਲਤੇ ਥੇ ਪਰ ਦਿਲ ਥਾ ਦੁਆ ਮੇਂ, ਬੋਲੇ ਹੈ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੇਂ, ਕਿਰਦਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਬ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਕਬ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ, ਜਿੱਥੇ ਸਵੇਰ ਹੋਈ ਤੀਰ ਚੱਲੇ ਤੀਰ ਮੁੱਕੇ ਅਤੇ ਪੰਜ ਪੰਜ ਸਿੱਖਾਂ ਦੇ ਜਥੇ ਹੱਥੋਂ ਹੱਥ ਬਰਸ਼ਿਆਂ ਅਤੇ ਤਲਵਾਰਾਂ ਨਾਲ ਮੈਦਾਨ ਵਿੱਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕੀਤਾ ਅਤੇ ਨਿੱਕੇ ਨਿੱਕੇ ਜਥਿਆਂ ਦੀ ਜ਼ਿੰਮੇਵਾਰੀ ਸੌਂਪੀ। ਇੱਕ ਇੱਕ ਜਥਾ ਗੜੀ ਤੋਂ ਬਾਹਰ ਨਿਕਲਦਾ ਅਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਾਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦਾ। ਜਦ ਵਾਰੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਥੇ ਦੀ ਆਈ ਤਾਂ 18 ਸਾਲ ਦਾ ਪੁੱਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ।
ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ। ਤਾਂ ਸਿੰਘ ਨੇ ਐਸੇ ਜ਼ਹਿਰ ਦਿਖਾਏ ਕਿ ਵੈਰੀ ਤਰਾਹ ਤਰਾਹ ਕਰ ਉੱਠਿਆ। ਵੈਰੀ ਪਿੱਛੇ ਹਟਣ ਲਈ ਮਜਬੂਰ ਹੋ ਗਿਆ, ਤੀਰਾਂ ਦਾ ਭੱਠਾ ਖਾਲੀ ਹੋਇਆ ਅਤੇ ਨੇਜ਼ੇ ਨਾਲ ਵਾਰ ਸ਼ੁਰੂ ਕਰ ਦਿੱਤਾ। ਜਦ ਨੇਜ਼ਾ ਮੁਗਲ ਸਰਦਾਰ ਦੀ ਛਾਤੀ ਤੋਂ ਕੱਢਣ ਵੇਲੇ ਟੁੱਟਿਆ ਤਾਂ ਤਲਵਾਰ ਪਕੜਨ ਲਈ 5 ਸਿੱਖ ਸ਼ਹੀਦ ਹੋ ਗਏ। ਇਕੱਲਾ ਜਾਣ ਕੇ ਸਾਰੇ ਵੈਰੀ ਇਕੱਠੇ ਹੋ ਉਹਨਾਂ 'ਤੇ ਟੁੱਟ ਪਏ ਅਤੇ ਗੁਰੂ ਸਾਹਿਬ ਨੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ ਤਾਂ ਉੱਚੀ ਆਵਾਜ਼ ਦਿੱਤੀ, ਅਸ਼ ਇਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ। ਇੱਥੇ ਹੀ ਛੋਟੇ ਸਾਹਿਬਜ਼ਾਦਿਆਂ ਅਤੇ 3 ਪਿਆਰਿਆਂ ਅਤੇ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਦੀ ਵੀ ਸ਼ਹੀਦੀ ਹੋਈ ਹੈ। ਇਸ ਗੜੀ ਤੋਂ ਰੁਖਸਤ ਹੋਣ ਸਮੇਂ ਗੁਰੂ ਸਾਹਿਬਾਂ ਨੇ 3 ਵਾਰ ਤਾੜੀ ਵਜਾਈ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਪੀਰੇ ਹਿੰਦ ਮੇਰਾ ਵਧ, ਪੀਰੇ ਹਿੰਦ ਮੇਰਾ ਵਧ, ਪੀਰੇ ਹਿੰਦ ਮੇਰਾ ਵਧ। ਚਮਕੌਰ ਸਾਹਿਬ ਦੀ ਅਸਾਵੀਂ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ 40 ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਸ਼ਹਾਦਤ ਦੇ ਇਤਿਹਾਸ ਦੀ ਸ਼ਾਹਦੀ ਪਰਦੀ ਹੈ ਕਵੀ ਅੱਲਾ ਯਾਰ ਖਾਂ ਦੀ ਸ਼ਰਧਾ ਭਰਪੂਰ ਇਹ ਲਿਖਤ। ਬਸ ਇੱਕ ਹਿੰਦ ਮੇਂ ਤੀਰਥ ਹੈ, ਬਸ ਇੱਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ, ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲੀਏ ਚਮਕ ਹੈ ਮੇਹਰ ਕੀ ਚਮਕੌਰ, ਚਮਕ ਹੈ ਮੇਹਰ ਕੀ ਚਮਕੌਰ, ਤੇਰੇ ਜ਼ਰੋਂ ਮੇਂ ਯਹੀ ਯੇ ਸੇ ਬਨ ਕੇ ਸਤਾਰੇ ਗਏ ਸਮਾਂ ਕੇ ਲੀਏ, ਯਹੀ ਸੇ ਬਨ ਕੇ ਸਤਾਰੇ ਗਏ ਸਮਾਂ ਕੇ ਲੀਏ।